ਬਾਬਾ ਸਾਹਿਬ ਜੀ ਨੇ ਕਿੰਨਾ ਸੰਘਰਸ਼ ਕਰਕੇ ਹੱਕ ਲੈ ਕੇ ਦਿੱਤੇ ਆ, ਅਧਿਕਾਰ ਲੈ ਕੇ ਦਿੱਤੇ ਆ। ਸੋ ਉਹਨਾਂ ਦੀ ਵੈਲਿਊ ਸਾਨੂੰ ਹੋਣੀ ਚਾਹੀਦੀ ਆ। ਸੋ ਗੱਲ ਕਰਦੇ ਹਾਂ ਹੱਕਾਂ ਦੀ ਕਿ ਬਾਬਾ ਸਾਹਿਬ ਜੀ ਦਾ ਕਿੰਨਾ ਸੰਘਰਸ਼ ਰਿਹਾ ਆ ਸਾਨੂੰ ਇੱਥੇ ਤੱਕ ਲਿਆਉਣ ਵਾਸਤੇ। ਭਾਜੀ ਥੋੜ੍ਹੀ ਜਿਹੀ ਆਵਾਜ਼ ਅਪ ਕਰ ਦਿਓ, ਬੇਸ ਥੋੜ੍ਹਾ ਅਪ ਕਰ ਦਿਓ, ਸ਼ਾਰਪਨੈਸ ਘੱਟ ਕਰ ਦਿਓ। ਹੋ ਕਦੇ ਉਤਾਰਿਆ ਉਤਰੂ ਨਾ ਕੀਤਾ ਉਪਕਾਰ ਜੀ, ਉਹ ਸੰਵਿਧਾਨ ਹੈ ਜੋ ਪੜ੍ਹਦੀ ਭਾਰਤ ਸਰਕਾਰ ਜੀ, ਡਰ ਕੇ ਚੁੱਪ ਨਾ ਰਹਿਣਾ, ਹੋ ਡਰ ਕੇ ਚੁੱਪ ਨਾ ਰਹਿਣਾ, ਐਸਾ ਜੋਸ਼ ਜਗਾ ਗਿਆ, ਹੱਕਾਂ ਦੇ ਲਈ ਲੜਨਾ ਬਾਬਾ ਸਾਹਿਬ ਸਿਖਾ ਗਿਆ, ਹੱਕਾਂ ਦੇ ਲਈ ਲੜਨਾ ਬਾਬਾ ਸਾਹਿਬ ਸਿਖਾ ਗਿਆ। ਜਿਹੜੇ ਜਿਹੜੇ ਬਾਬਾ ਸਾਹਿਬ ਜੀ ਨੂੰ ਪਿਆਰ ਕਰਦੇ ਉੱਪਰ ਹੱਥ ਕਰਕੇ ਤੁਹਾਡੀ ਤਾੜੀ ਨਹੀਂ ਰੁਕਣੀ ਚਾਹੀਦੀ। 1 2 3 ਹੀ ਸਭ।
ਜਿੰਨੀ ਆਡੀਅੰਸ ਉਨੀ ਆਵਾਜ਼ ਨਹੀਂ ਹੈ, ਆਵਾਜ਼ ਗੱਜ ਕੇ ਹੋਣੀ ਚਾਹੀਦੀ ਹੈ। ਜੈ ਪੀਰ, ਜੈ ਪੀਰ, ਏਦਾਂ ਹੀ ਚਾਹੀਦਾ।